ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੌਣਵੀਆਂ ਖਬਰਾਂ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਦਾਵਾ ਕੀਤਾ ਹੈ ਕਿ ਦੇਸ਼ ਵਿੱਚ 2027 ਤੋਂ ਪਹਿਲਾਂ 2 ਕਰੋੜ ਤੋਂ ਵੱਧ ਕਿਸਾਨ ਜੈਵਿਕ ਖੇਤੀ ਵਿੱਚ ਸ਼ਾਮਲ ਹੋ ਜਾਣਗੇ ਰੇਲਵੇ ਨੇ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਸਹੂਲਤ ਲਈ 283 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਰੰਗ ਖੂੰਦ ਦੇ ਵਧੀਆ ਪ੍ਰਬੰਧਾਂ ਲਈ ਕਪੂਰਥਲਾ ਦੇ ਕਿਸਾਨਾਂ ਦਾ ਸਨਮਾਨ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਨੀ ਦਾਵਾ ਕੀਤਾ ਹੈ ਕਿ ਦੇਸ਼ ਵਿੱਚ 2027 ਤੋਂ ਪਹਿਲਾਂ 2 ਕਰੋੜ ਤੋਂ ਵੱਧ ਕਿਸਾਨ ਜੈਵਿਕ ਖੇਤੀ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਹੁਣ ਜੈਵਿਕ ਖੇਤੀ ਵੱਲ ਮੁੜ ਗਏ ਨੇ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਉਨ੍ਹਾਂ ਨੂੰ ਜੈਵਿਕ ਉਤਪਾਦਾਂ ਦਾ ਲਾਭ ਮਿਲ ਸਕੇ। ਸ਼ਾਨੀ ਨਵੀਂ ਦਿੱਲੀ ਵਿੱਚ ਨੈਸ਼ਨਲ ਕੋਆਪਰੇਟਿਵ ਫਾਰ ਐਕਸਪੋਰਟ ਲਿਮਟਿਡ (NCEL) ਦੇ ਲੋਗੋ ਵੈੱਬਸਾਈਟ ਅਤੇ ਕਿਤਾਬਚੇ ਨੂੰ ਜਾਰੀ ਕਰਦਿਆਂ ਇਹ ਗੱਲ ਆਖੀ ਆਪਣੇ ਸੰਬੋਧਨ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਸਹਿਕਾਰ ਸੇ ਸਮਰiddhi ਦੀ ਕਲਪਨਾ ਕੀਤੀ ਸੀ ਉਸਤੇ ਟੀਚੇ ਦਾ ਇੱਕ ਮਹੱਤਵਪੂਰਨ ਪੜਾ ਅੱਜ ਅਸੀਂ ਪਾਰ ਕਰਕੇ ਅੱਗੇ ਵਧ ਰਹੇ ਹਾਂ ਉਹਨਾਂ ਕਿਹਾ ਕਿ ਸਰਕਾਰ ਦਾ ਖੇਤੀਬਾੜੀ ਬਰਾਮਦ ਨੂੰ ਵਧਾਉਣ ਦਾ ਪਹਿਲਾ ਵੱਡਾ ਟੀਚਾ ਹੈ ਦੂਜਾ ਟੀਚਾ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਵਾਧਾ ਕਰਨਾ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਉਤਪਾਦਨ ਵਿੱਚ ਵਿਪਨਨਤਾ ਲਿਆਉਣ ਯਾਨੀ ਕ੍ਰੌਪ ਪੈਟਰਨ ਵਿੱਚ ਬਦਲਾਅ ਕਰਨ ਦਾ ਵੀ ਟੀਚਾ ਮਿੱਥਿਆ ਗਿਆ ਹੈ राष्ट्रीय सहकारी निर्यात लिमिटेड की स्थापना ढेर सारे उद्देश्यों के साथ बहुत सोच विचार कर की गई निर्यात बढ़ाने का भी हमारा लक्ष्य है और निर्यात में विशेषकर कृषि निर्यात बढ़ाने का हमारा लक्ष्य है दूसरा लक्ष्य ਕਿਸਾਨੋ ਕੀ ਸਮਰੁੱਧੀ ਕਾ ਹੈ। ਗੋਸ਼ਟੀ ਨੇ ਸੰਬੋਧਨ ਕਰਦਿਆਂ ਕੇਂਦਰੀ ਵਣਕ ਤੇ ਸਨਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਐਨਸੀਈਐਲ ਸਹਿਕਾਰਤਾ ਖੇਤਰ ਨੂੰ ਬਲ ਦੇਵੇਗਾ। ਉਹਨਾਂ ਨੇ ਕਿਹਾ ਕਿ ਹੱਥ ਖੜੀ ਖੇਤੀਬਾੜੀ ਅਤੇ ਸਹਿਕਾਰਤਾ ਨਾਲ ਜੁੜੇ ਲੋਕ ਦੇਸ਼ ਦੇ ਅਰਥਚਾਰੇ ਨੂੰ ਅੱਗੇ ਲੈ ਕੇ ਜਾ ਰਹੇ ਨੇ। ਪਿਊਸ਼ ਗੋਇਲ ਨੇ ਕਿਹਾ ਕਿ ਖੁਰਾਕੀ ਵਸਤਾਂ ਦੀ ਬਰਾਮਦ ਦੇ ਖੇਤਰ ਵਿੱਚ ಅಪਾਰ ਸੰਭਾਵਨਾਵਾਂ ਨੇ ਕਰਤਾਸੇ ਹਮੇਂ ਇਸ ਦੇਸ਼ ਕੋ ਇੱਕ ਵਿਕਸਿਤ ਦੇਸ਼ ਬਣਾਉਣੇ ਮੇ और आगे बढ़ पाएंगे अच्छी गुणवत्ता वाला सामान बनेगा हमारे सरकारीता क्षेत्र में अच्छे मानक हम सब अपनाएंगे और वैल्यू एडिशन जिससे किसानों के जो जो उत्पादन होता है या जो दूध का उत्पादन होता है अलग अलग क्षेत्र में जो उत्पादन भारत में हो रहा है इसका अच्छा मूल्य मिले लोगों को यहां रोजगार और काम के अवसर मिले ਔਰ ਬੜੇ ਸਰੂਪ ਮੇਂ ਹਮ ਵਿਸ਼ਵਪਟਲ ਪਰ ਭਾਰਤ ਕਾ ਨਾਮ ਬੜਾਏ ਭਾਰਤੀ ਰੇਲਵੇ ਤਿਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਨੂੰ ਨਿਰਵਿਘਨ ਯਾਤਰਾ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ 283 ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ ਇਹ ਰੇਲ ਗੱਡੀਆਂ 4480 ਟ੍ਰਿਪਾਂ ਰਾਹੀਂ ਦਿੱਲੀ ਪਟਨਾ ਦਿੱਲੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਦਾਨਪੁਰ ਸਹਰਸਾ ਪੂਰੀ ਪਟਨਾ ਤੇ ਹੋਰ ਪ੍ਰਮੁੱਖ ਮਾਰਗਾਂ ਨੂੰ ਜੋੜਨਗੀਆਂ ਜਿਨ੍ਹਾਂ ਵਿੱਚ ਉਚੋ ਵੈਲੀ ਬੰਗਲੌਰੂ ਬਨਾਰਸ ਮੁੰਬਈ ਹਾਵੜਾ ਵਰਗੇ ਮਾਰਗ ਵੀ ਸ਼ਾਮਲ ਨੇ ਰੇਲਵੇ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਸਟੇਸ਼ਨਾਂ ਤੇ ਰੇਲਵੇ ਸੁਰੱਖਿਆ ਬਲ ਦੇ ਵਾਧੂ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਮੰਤਰਾਲੇ ਨੇ ਕਿਹਾ ਕਿ ਮੇ ਆਈ ਹੈਲਪ ਯੂ ਬੂਥਾ ਨੂੰ ਮਹੱਤਵਪੂਰਨ ਸਟੇਸ਼ਨਾਂ ਤੇ ਚਾਲੂ ਰੱਖਿਆ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਸਹੀ ਸਹਾਇਤਾ ਤੇ ਮਾਰਗਦਰਸ਼ਨ ਦਿੱਤਾ ਜਾ ਸਕੇ ਤੇ ਇਸ ਲਈ ਆਰਪੀਐਫ ਦੇ ਕਰਮਚਾਰੀ ਅਤ 33 টিটিই ਤਨਾਤ ਕੀਤੇ ਗਏ ਨੇ ਲੋੜ ਪੈਣ ਤੇ ਪ੍ਰਮੁੱਖ ਸਟੇਸ਼ਨਾਂ ਤੇ ਮੈਡੀਕਲ ਟੀਮਾਂ ਉਪਲਬਧ ਨੇ ਅਤੇ ਪੈਰਾਮੈਡੀਕਲ ਟੀਮ ਦੇ ਨਾਲ ਐਂਬੂਲੈਂਸ ਸੇਵਾ ਵੀ ਉਪਲਬਧ ਦੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਰੈਦਖੋਣ ਦੀ ਸਾਮ ਸੰਭਾਲ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਉਪਲਬਧ ਕਰਾਈਆਂ ਜਾ ਰਹੀਆਂ ਨੇ ਜਿਹੜੇ ਕਿਸਾਨ ਪ੍ਰਾਲੀ ਦੀ ਰੈਦਖੋਣ ਨੂੰ ਸਾੜਨ ਦੀ ਬਜਾਏ ਉਹਨਾਂ ਦੀ ਸਾਮ ਸੰਭਾਲ ਕਰਦੇ ਨੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਉਤਸ਼ਾਹਤ ਵੀ ਕੀਤਾ ਜਾਂਦਾ ਹੈ ਅਤੇ ਜਿਹੜੇ ਜਾਗਰੂਕਤਾ ਦੇ ਬਾਵਜੂਦ ਵੀ ਪ੍ਰਾਲੀ ਨੂੰ ਸਾੜਦੇ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਵੱਲੋਂ ਇੱਕ ਵੱਖਰਾ ਉਪਰਾਲਾ ਕਰਕੇ ਉਹਨਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਉਪਲਬਧ ਮਸ਼ੀਨਾਂ ਦੀ ਵਰਤੋਂ ਕਰਕੇ ਆਪਣੀ ਪ੍ਰਾਲੀ ਦੀ ਮਹਾਲ ਕਰਨ ਸਮੇਤ ਹੋਰਨਾਂ ਕਿਸਾਨਾਂ ਨੂੰ ਵੀ ਇਹ ਮਸ਼ੀਨਰੀ ਉਪਲਬਧ ਕਰਵਾ ਕੇ ਸਹਾਇਤਾ ਕਰਦੇ ਨੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਅਜਿਹੇ 11 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਕਿਸਾਨਾਂ ਨੇ ਵਿਸ਼ੇਸ਼ ਤੌਰ ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਪਹਿਲ ਦੇ ਆਧਾਰ ਤੇ ਆਪਣੀ ਮਸ਼ੀਨਰੀ ਉਪਲਬਧ ਕਰਾਈ ਸੀ ਇਹਨਾਂ ਕਿਸਾਨਾਂ ਨੇ ਪਰਾਲੀ ਨਾ ਸਾੜਨ ਕਰਕੇ ਵਾਤਾਵਰਣ ਦੀ ਸੰਭਾਲ ਵਿੱਚ ਦਿੱਤੇ ਜਾਣ ਵਾਲੇ ਆਪਣੇ ਯੋਗਦਾਨ ਬਾਰੇ ਦੱਸਦਿਆਂ ਕਿਹਾ ਤੇ ਬੜਾ ਵਧੀਆ ਕੰਮ ਚੱਲ ਰਿਹਾ ਹੈ ਹੋਰ ਵੀ ਲੋਕ ਜਿਹੜੇ ਆ ਬੜਾ ਇਸ ਕੰਮ ਦੇ ਵਿੱਚ ਸ਼ਾਮਲ ਹੋਏ ਤੇ ਇਹਦੇ ਨਾਲ ਸਾਡਾ ਵਾਤਾਵਰਣ ਤੇ ਜਿਹੜਾ ਹੈਗਾ ਆ ਉਹ ਤਾਂ ਦੂਸ਼ੇ ਤੋਂ ਹੁਣ ਤੋਂ ਬਚ ਰਹੀ ਹੈ ਪਲੱਸ ਸਾਡੀ ਇਨਕਮ ਦਾ ਸਰੋਤ ਵੀ ਹੈ ਮੈਂ 3 ਸਾਲ ਤੋਂ ਗਾਲੀ ਦੀ ਇਦਾਂ ਹੀ ਸਾਹ ਸੰਭਾਲ ਕਰ ਰਿਹਾ ਵਿੱਚ ਇਹ ਬਾਗੀ ਔਰ ਨਾ ਤੇ ਮੈਂ ਕਦੀ ਕਣਕ ਦੀ ਵਿੱਚ ਦਵਾਈ ਪਾਈ ਏ ਤੇ ਮੇਨ 10-15 ਕਿੱਲੇ ਮੇਰੇ ਹੈਗੇ ਨੇ ਆਪਣੇ 100 ਏਕੜ ਮੈਂ ਕੰਮ ਸੇ ਕੰਮ ਸੁਪਰ ਸੀਡਰ ਨਾਲ ਬਜਾਈ ਕੀਤੀ ਹੈ ਅਗੇ ਤੋਂ ਵੀ ਇਦਾਂ ਜਾਰੀ ਰੱਖਾਂਗੇ ਇਨਾ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਸਨਮਾਨ ਸਰਟੀਫਿਕੇਟ ਦਿੱਤੇ ਗਏ ਅਤੇ ਵਾਤਾਵਰਣ ਦੇ ਰਾਖੇ ਵਜੋਂ ਨਿਵਾਜਿਆ ਗਿਆ ਕਰਨੈਲ ਸਿੰਘ ਨੇ ਕਿਹਾ ਕਿ ਅਜਿਹੇ ਕਿਸਾਨਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਤੇ ਕੀਤੇ ਜਾਣਗੇ ਝੋਨੇ ਦੀ ਪਰਾਲੀ ਵਾਸਤੇ ਅਸੀਂ ਤੋਂ ਬਾਤਾਵਨ ਦੇ ਰਾਖੇ ਚੁਣੇ ਹਨ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਬਾਤਾਵਨ ਦੇ ਰਾਖਿਆਂ ਨੇ ਜੋ ਮਸ਼ੀਨਾਂ ਸਰਕਾਰ ਵੱਲੋਂ ਸਬਸਿਡੀ ਦੇ ਪ੍ਰੋਵਾਈਡ ਕੀਤੀਆਂ ਗਈਆਂ ਸੀਆਂ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ ਆਪ ਆਪਣੇ ਖੇਤਾਂ ਵਿੱਚ ਕੀਤੀ ਹੈ ਔਰ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਇਹਨਾਂ ਨੇ ਵੱਧ ਚੜ ਕੇ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਨ ਲਈ ਕਿਰਾਏ ਤੇ ਮਸ਼ੀਨਾਂ ਦਿੱਤੀਆਂ ਜਾਂ ਉਹਨਾਂ ਦਾ ਸਹਿਯੋਗ ਦਿੱਤਾ ਇਹਨਾਂ ਮਸ਼ੀਨਾਂ ਦੀ ਵਰਤੋਂ ਲਗਾਤਾਰ ਹੋ ਰਹੀ ਹੈ ਬਿਲਕੁਲ ਖੜੀਆਂ ਨਹੀਂ ਰਹਿ ਰਹੀਆਂ ਇਹ ਕਿਸਾਨ ਵੱਧ ਚੜ ਕੇ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਦੇ ਰਹੇ ਜਿਸ ਨਾਲ ਹੋਰ ਕਿਸਾਨਾਂ ਨੂੰ ਵੀ ਇੱਕ ਸੁਨੇਹਾ ਜਾ ਰਿਹਾ ਹੈ ਕਿ ਜੋ ਮਸ਼ੀਨਾ ਤੁਹਾਨੂੰ ਵਿਭਾਗ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਕਪੂਥਲਾ ਦੇ ਮੁੱਖ ਖੇਤੀਬਾੜੀ ਅਫਸਰ ਨਰੇਸ਼ ਗੁਲਾਟੀ ਨੇ ਦੱਸਿਆ ਕਿ ਇਹਨਾਂ ਸਨਮਾਨਿਤ ਕੀਤੇ ਗਏ ਕਿਸਾਨਾਂ ਦੀ ਚੋਣ ਜ਼ਿਲ੍ਹੇ ਦੇ ਸਮੂਹ ਇਲਾਕਿਆਂ ਵਿੱਚੋਂ ਸੁਝਾਏ ਗਏ ਨਾਵਾਂ ਦੇ ਆਧਾਰ ਤੇ ਕੀਤੀ ਗਈ ਸੀ ਅਤੇ ਆਤਮਾ ਸਕੀਮ ਅਧੀਨ ਇਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਯੋਜਨਾ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਗਰਭਤੀ ਮਹਿਲਾਵਾਂ ਨੂੰ ਚੰਗਾ ਲਾਭ ਮਿਲ ਰਿਹਾ ਹੈ ਇਸ ਯੋਜਨਾ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਹਰ ਮਹੀਨੇ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਮਨਾਇਆ ਜਾਂਦਾ ਹੈ ਇਸ ਦੌਰਾਨ ਹਾਈ ਰਿਸਕ ਗਰਭਤੀ ਮਹਿਲਾਵਾਂ ਦੀ ਸਮੇਂ ਤੋਂ ਪਹਿਲਾਂ ਪਛਾਣ ਅਤੇ ਸਮਾਂ ਰੈਂਦਿਆਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੇ ਸਾਲ 8718 ਗਰਭਤੀ ਮਹਿਲਾਵਾਂ ਮਾਂ ਰਜਿਸਟਰ ਕੀਤੀਆਂ ਗਈਆਂ ਸਨ ਜਦਕਿ ਇਸ ਸਾਲ ਹੁਣ ਤੱਕ 4520 ਗਰਭਵਤੀ ਮਹਿਲਾਵਾਂ ਰਜਿਸਟਰ ਹੋਈਆਂ ਨੇ ਇਹਨਾਂ ਵਿੱਚੋਂ ਤਕਰੀਬਨ 1300 ਮਹਿਲਾਵਾਂ ਹਾਈ ਰਿਸਕ ਨੇ ਜਿਨ੍ਹਾਂ ਨੂੰ ਵਿਭਾਗ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸੰਸਥਾਗਤ ਜਣੇਪਾ ਕਰਾਉਣ ਅਤੇ ਜਨਨੀ ਸੁਰੱਖਿਆ ਹੇਠ مالی ਸਹਾਇਤਾ ਵੀ ਦਿੱਤੀ ਜਾਂਦੀ ਹੈ ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ ਜਿਹੜੀ ਹੈਗੀ ਹੈ ਪ੍ਰੈਗਨੈਂਟ ਮਦਰ ਵਾਸਤੇ ਹੁੰਦੀ ਹੈ ਇਹਦਾ ਨਾਮ ਹੈ ਜੀ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤृत्व અભિયાન ਇਹਦੇ ਅੰਡਰ ਜਿਹੜੇ ਅਸੀਂ ਮਹੀਨੇ ਦੇ ਵਿੱਚ ਦੋ ਤਰੀਕ ਜਿਹੜੀ 9 ਤਰੀਕ ਦੋ ਤਰੀਕਾਂ ਸਾਡੀਆਂ ਹੁੰਦੀਆਂ 9 ਤਰੀਕ ਤੇ ਇੱਕ 23 ਤਰੀਕ ਹਰ ਮਹੀਨੇ ਦੀ ਇਹਦੇ ਵਿੱਚ ਅਸੀਂ ਜਿਹੜੀ ਹਰ ਪ੍ਰੈਗਨੈਂਟ ਮਦਰ ਹੈ ਉਹਨੂੰ ਚੈੱਕਅਪ ਵਾਸਤੇ ਆਸ਼ਾ ਵਰਕਰਾਂ ਸਾਡੇ ਕੋਲ ਲੈ ਕੇ ਆਉਂਦੀਆਂ ਹੈਗੀਆਂ ਸਾਰੀਆਂ ਪ੍ਰੈਗਨੈਂਟ ਮਦਰ ਦਾ ਚੈੱਕਅਪ ਜਿਹੜੇ ਮਹੀਨੇ ਦੇ ਦੋ ਦਿਨ ਕਰਵਾਉਣਾ ਜ਼ਰੂਰੀ ਹੈ ਹਾਜ਼ਰ ਗਰਭਵਤੀ ਮਹਿਲਾਵਾਂ ਵੱਲੋਂ ਉਹਨਾਂ ਨੂੰ ਸਾਰੀਆਂ ਮੈਡੀਕਲ ਸਹੂਲਤਾਂ ਮੁਫਤ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਪ੍ਰਧਾਨ ਮੰਤਰੀ ਮਾਤਰ ਤਬਜੋਜਨਾ ਦੇ ਅਧੀਨ ਜਿਹੜਾ ਵੀ ਟਰੀਟਮੈਂਟ ਕੀਤਾ ਜਾਂਦਾ ਹੈਗਾ ਬੱਚਿਆਂ ਲਈ ਗਰਭਵਤੀ ਮਹਿਲਾਵਾਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਇਹਦੇ ਵਿੱਚ ਔਰਤਾਂ ਨੂੰ ਜਿੰਨੇ ਵੀ ਸਹੂਲਤਾਂ ਨੇ ਉਹ ਸਾਰੀਆਂ ਫ੍ਰੀ ਦਿੱਤੀਆਂ ਗਈਆਂ ਹਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਟਰੀਟਮੈਂਟ ਕੀਤਾ ਜਾਂਦਾ ਹੈ ਨਾ ਮੈਡਮ ਨੇ ਸਾਰ ਨੂੰ ਧਿਆਨ ਰੱਖਤੀ ਹੈ ਫ੍ਰੀ ਮਦਵਾਹ ਵੀ ਜਿਲਾਤੀ ਹੈ ਬੱਚੇ ਵੀ ਕਰਾਤੀ ਹੈ ਮੈਡਮ ਨੇ ਸਾਰ ਕੁਝ ਦਾ ਧਿਆਨ ਰੱਖਤੀ ਹੈ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਅੱਜ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਹ ਦਸਹਿਰਾ ਸਰਦ ਰੁੱਤ ਦੇ 9 ਨਵਰਾਤਰੀਆਂ ਤੋਂ ਬਾਅਦ ਮਨਾਇਆ ਜਾਂਦਾ ਹੈ ਇਸ ਤੋਂ ਪਹਿਲਾਂ 9 ਦਿਨ ਮਾਤਾ ਸ਼੍ਰੀ ਦੁਰਗਾ ਜੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਹੁੰਦੀ ਹੈ ਤੇ 10ਵੇਂ ਦਿਨ ਦਸਹਿਰਾ ਮਨਾਇਆ ਜਾਂਦਾ ਹੈ ਦਸਹਿਰੇ ਤੋਂ ਪਹਿਲਾਂ ਵੱਖ-ਵੱਖ ਥਾਵਾਂ ਤੇ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਪਤਨਖੜ ਨੇ ਦੇਸ਼ ਦੇ ਲੋਕਾਂ ਨੂੰ ਦਸਹਿਰੇ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਦਸਹਿਰੇ ਦਾ ਤਿਉਹਾਰ ਨੇਕੀ ਤੇ ਬਦੀ ਦੀ ਜਿੱਤ ਦਰਸਾਉਂਦਾ ਏ ਉਹਨਾਂ ਕਿਹਾ ਕਿ ਦੱਖਣ ਪੂਰਵੀ ਸੂਬਿਆਂ ਵਿੱਚ ਦਸਹਰੇ ਨੂੰ ਮਾਂ ਦੇਵੀ ਦੁਰਗਾ ਦੀ ਰਾਖਸ਼ ਮਹੇਸਾਸੁਰ ਉੱਤੇ ਜਿੱਤ ਤੋਂ ਵਜੋਂ ਮਨਾਇਆ ਜਾਂਦਾ ਏ ਜਦਕਿ ਉੱਤਰੀ ਤੇ ਪੱਛਮੀ ਸੂਬਿਆਂ ਵਿੱਚ ਇਸ ਤਿਹਾਰ ਨੂੰ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਵਜੋਂ ਲੋਕ ਮਨਾਉਂਦੇ ਨੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੁਸਹਿਰਾ ਲੋਕਾਂ ਨੂੰ ਹਉਮੈ ਅਤੇ ਨਕਾਰਾਤਮਕਤਾ ਤੋਂ ਛੁਟਕਾਰਾ ਪਾਉਣ ਦਾ ਸੰਦੇਸ਼ ਦਿੰਦਾ ਹੈ ਜੋ ਬੁਰਾਈ ਦੇ ਪ੍ਰਤੀਕ ਨੇ ਅਤੇ ਸਾਰਿਆਂ ਨੂੰ ਏਕਤਾ ਤੇ ਪਿਆਰ ਦੀਆਂ ਭਾਵਨਾਵਾਂ ਨੂੰ ਗਲੇ ਲਗਾਉਣਾ ਦਰਸਾਉਂਦਾ ਜੋ ਨੇਕੀ ਦਾ ਪ੍ਰਤੀਕ ਨੇ ਉਹਨਾਂ ਕਿਹਾ ਕਿ ਭਗਵਾਨ ਆਰਾਮ ਦੀਆਂ ਕਦਰਾਂ ਕੀਮਤਾਂ ਜੀਵਨ ਦੀਆਂ ਔਖੀਆਂ ਪ੍ਰਖਿਆਵਾਂ ਤੇ ਔਕੜਾਂ ਦੇ ਬਾਵਜੂਦ ਧਰਮ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਨੇ ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਖੁਸ਼ਹਾਲੀ ਅਤੇ ਸਾਰੇ ਨਾਗਰਿਕਾਂ ਖਾਸ ਕਰਕੇ ਗਰੀਬਾਂ ਦੀ ਭਲਾਈ ਲਈ ਮਿਲ ਕੇ ਕਮ ਕਰਨ ਉਪਰਾਖਪਤੀ ਜਗਦੀਪ ਪਤਨਖੜ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਦੁਸਹਿਰਾ ਧਾਰਮਿਕਤਾ ਵਿੱਚ ਸਾਡੇ ਵਿਸ਼ਵਾਸ ਦੀ ਪੁਸ਼ਟੀਕਰਨ ਅਤੇ ਸੱਚ ਨਿਆਂ ਦਇਆ ਅਤੇ ਸਾਹਸ ਦੀਆਂ ਕਦਰਾਂ ਕੀਮਤਾਂ ਨੂੰ ਅਪਣਾਉਣ ਅਤੇ ਪਾਲਣ ਦਾ ਮੌਕਾ ਹੈ ਉਹਨਾਂ ਕਾਮਨਾ ਕੀਤੀ ਕਿ ਤਿਹਾਰ ਸ਼ਾਂਤੀ ਖੁਸ਼ਹਾਲੀ ਅਤੇ ਸਦਭਾਵਨਾ ਲੈ ਕੇ ਆਵੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਸਹਿਰੇ ਮੌਕੇ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਵਧਾਈ ਦਿੱਤੀ ਹੈ ਪੰਜਾਬ ਪੁਲਿਸ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਦੇ ਰੈਕਟ ਦਾ ਭਾਂਡਾ ਫੋੜ ਕੀਤਾ ਗਿਆ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਪੁਲਿਸ ਨੇ ਰਾਹੁਲ ਨਾਮ ਦੇ ਇੱਕ ਵਿਅਕਤੀ ਦੇ ਕਬਜ਼ੇ ਵਿੱਚੋਂ 12 ਕਿਲੋਗ੍ਰam ਹੈਰੋਇਨ ਬਰਾਮਦ ਕਰਕੇ ਅਮਰੀਕਾ ਆਧਾਰਿਤ ਤਸਕਰ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਹ ਫੜਿਆ ਗਿਆ ਤਸਕਰ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦਾ ਵਾਸੀ ਹੈ ਪੁਲਿਸ ਵੱਲੋਂ ਉਸਦੀ ਉਹ ਕਾਰਵੀ ਜ਼ਬਤ ਕਰ ਲਈ ਗਈ ਹੈ ਜਿਸ ਵਿੱਚੋਂ ਉਸ ਨੂੰ ਹੈਰੋਇਨ ਸਮੇਤ ਫੜਿਆ ਗਿਆ ਸੀ ਯਾਦਵ ਨੇ ਦੱਸਿਆ ਕਿ 12 ਕਿਲੋ ਦੀ ਇਹ ਪਰ ਡਰੋਨ ਰਾਹੀਂ ਸੁੱਟੀ ਗਈ ਸੀ ਜਿਸ ਦੀ ਜਾਣਕਾਰੀ ਮਿਲਣ ਉਪਰੰਤ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮ੍ਰਿਤਸਰ ਨੇ ਤੁਰੰਤ ਕਾਰਵਾਈ ਕਰਦਿਆ ਪੁਲਿਸ ਚੈਕਿੰਗ ਦੌਰਾਨ ਰਾਹੁਲ ਕੋਲੋਂ 12 ਪੈਕੇਟ ਹੈਰੋਇਨ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਰਣਜੀਤ ਉਰਫ ਚੀਤਾ ਨਾਂ ਦੇ ਇੱਕ ਡਰੱਗ ਸਮੱਗਲਰ ਨਾਲ ਸਿੱਧੇ ਸੰਪਰਕ ਸਨ ਜਿਸ ਨੂੰ 20 ਮਈ ਨੂੰ 532 ਕਿਲੋਗ੍ਰam ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਰਣਜੀਤ ਦਾ ਭਰਾ ਸਰਵਣ ਸਿੰਘ ਉਰਫ ਪੋਲਾ ਅਮਰੀਕਾ ਤੋਂ ਆਪਰੇਟ ਕਰਦਾ ਏ ਯਾਦਵ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਸਰਹੱਦਾਂ ਪਾਰ ਡਰੋਨਾ ਰਾਹੀਂ ਸਮਗਲ ਕੀਤਾ ਜਾਂਦਾ ਹੈ ਕ੍ਰਿਕਟ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਨੇ ਚਨਈ ਦੇ ਐਮ.ਏ. ਚਦੰਬਰਮ ਸਟੇਡੀਅਮ ਵਿੱਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਏ ਅਫਗਾਨਿਸਤਾਨ ਨੇ 283 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 49 ਓਵਰਾਂ ਵਿੱਚ 286 ਦੌੜਾਂ ਬਣਾਈਆਂ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 7 ਵਿਕਟਾਂ ਤੇ 282 ਦੌੜਾਂ ਬਣਾਈਆਂ ਪਾਕਿਸਤਾਨ ਦੇ ਇਫਤਖਾਰ ਅਹਿਮਦ ਤੇ ਸ਼ਾਦਾਬ ਖਾਨ ਨੇ ਆਖਰੀ ਓਵਰਾਂ ਵਿੱਚ ਵੱਡੇ ਚੌਕੇ ਲਗਾ ਕੇ ਆਪਣੀ ਟੀਮ ਲਈ ਚੰਗੀ ਫਿਨਿਸ਼ਿੰਗ ਯਕੀਨੀ ਬਣਾਈ ਨੂਰ ਅਹਿਮਦ ਨੇ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਪਟੜੀ ਲੌਨਲੀ ਤਿੰਨ ਮਹੱਤਵਪੂਰਨ ਵਿਕਟਾਂ ਲੀਆਂ ਪਰ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਇੰਨੇ ਪ੍ਰਭਾਵਸ਼ਾਲੀ ਨਹੀਂ ਸਨ ਅਫਗਾਨਿਸਤਾਨ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ ਅਫਗਾਨਿਸਤਾਨ ਦੇ ਇਬਰਾਹਿਮ ਜ਼ਾਦਰਾ ਨੇ 113 ਗੇਂਦਾਂ ਤੇ 86 ਦੌੜਾਂ ਬਣਾਈਆਂ ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਸਾਊਥ ਅਫਰੀਕਾ ਤੇ ਬੰਗਲਾਦੇਸ਼ ਮੁੰਬਈ ਦੇ ਵਾਨਖੇੜੀ ਸਟੇਡੀਅਮ ਵਿੱਚ ਆਹਮੋ ਸਾਹਮਣੇ ਹੋਣਗੇ ਇਸ ਮੁਕਾਬਲੇ ਦਾ 23ਵਾਂ ਮੈਚ ਹੈ ਅਤੇ ਇਹ ਅੱਜ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ ਉਧਰ ਆਉਂਦੇ ਐਤਵਾਰ ਨੂੰ ਭਾਰਤ ਤੇ ਇੰਗਲੈਂਡ ਦਾ ਮਹੱਤਵਪੂਰਨ ਮੈਚ ਲਖਨਊ ਦੇ ਸ੍ਰੀ ਅਟਲ ਵਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ ਜਿਸ ਤੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਹੁਣ ਤੱਕ ਭਾਰਤ ਨੇ ਵਿਸ਼ਵ ਕੱਪ ਵਿੱਚ ਖੇਡੇ ਗਏ ਸਾਰੇ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਬਣਾਇਆ ਹੋਇਆ ਹੈ ਜਦਕਿ ਨਿਊਜ਼ੀਲੈਂਡ ਦੂਜੇ ਦੱਖਣ ਅਫਰੀਕਾ ਤੀਜੇ ਅਤੇ ਆਸਟ੍ਰੇਲੀਆ ਚੌਥੇ ਸਥਾਨ ਤੇ ਚੱਲ ਰਹੇ ਨੇ ਟੌਪ ਦੀਆਂ ਚਾਰ ਟੀਮਾਂ ਵਿੱਚ ਸੈਮੀਫਾਈਨਲ ਮੈਚ ਖੇਡੇ ਜਾਣੇ ਨੇ ਖਬਰਾਂ ਦੇ ਬੁਲੇਟਨ ਸਾਡੇ ਦਰਸ਼ਕ ਆਰਐਨਯੂ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ X ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ